ਮੇਰਾ ਜਾਗ ਬਈ ਹੁਣ ਜਾਗੋ ਆਈਆ, ਬੱਲੇ ਬਈ ਹੁਣ ਜਾਗੋ ਆਈਆ, ਚਾਵਾ ਬਈ ਹੁਣ ਜਾਗੋ ਆਈਆ। ਦਿਓਰਾ ਤੈਨੂੰ ਮੈਂ ਸਮਝਾਵਾਂ, ਵੇਲੀ ਬੈਨ ਮਤ ਗੁਆਵਾ, ਚੁੱਲਾ ਚੌਂਕਾ ਕਰਦੀ ਜਾਵਾਂ, ਨਾਲ ਨਾਲ ਮੈਂ ਪੜ੍ਹਦੀ ਜਾਵਾਂ, ਬੇਸੇ ਪਾਠਾਂ ਆਈਆ ਬਈ ਹੁਣ ਜਾਗੋ ਆਈਆ। ਕੋਈ ਨਾ ਗਹਿਣਾ ਮੇਰੇ ਮਾਪਿਆਂ ਨੇ ਪਾਇਆ, ਕੋਈ ਨਾ ਗਹਿਣਾ ਮੇਰੇ ਮਾਪਿਆਂ ਨੇ ਪਾਇਆ, ਕੁਝ ਨਾ ਮੈਂ ਤੇਥੋਂ ਹੁਣ ਲੈਣਾ, ਮੁੰਡੇ ਆਵੇ ਮੇਰੇ ਕੋਲ ਵਿਦਿਆ ਦਾ, ਗਹਿਣਾ ਮੁੰਡੇ ਆਵੇ ਮੇਰੇ ਕੋਲ ਵਿਦਿਆ ਦਾ, ਗਹਿਣਾ ਮੁੰਡੇ ਆਵੇ ਮੇਰੇ ਕੋਲ ਵਿਦਿਆ ਦਾ। ਕੁੜੀ ਓ ਜਾਂਜੀ ਪੜ੍ਹਿਆਂ ਦੀ ਸੱਦਣੀ, ਜੇ ਕੁੜੀ ਓ ਜਾਂਜੀ ਪੜ੍ਹਿਆਂ ਦੀ ਸੱਦਣੀ, ਕਾਲਜਾਂ ਦੀ ਕਰ ਲੋ ਪੜ੍ਹਾਈ ਕੁੜੀਓ ਨੀ ਜਾਣੇ ਹੈਲੋ ਹੈਲੋ ਨੀ ਜਾਣੇ। ਚੁੱਲੇ ਚੌਂਕੇ ਦਾ ਕੰਮ ਸਿੱਖ ਲੈ ਪੁੱਤ, ਜਿਹੜਾ ਤੇਰੇ ਸਹੁਰੀ ਜਾ ਕੇ ਕੰਮ ਆਊਗਾ। ਲੱਗੀ ਆ ਪੜ੍ਹਾਈ ਵੱਲ ਧਿਆਨ ਦਿਆਂ, ਚਲ ਝਾੜੂ ਚੱਕ। ਉਹ ਮੁਟਿਆਰ ਧੀ ਘਰੇ ਬੈਠੀ ਹੋਵੇ ਤਾਂ ਮਾਂ ਬਾਪ ਦੇ ਸਿਰ ਤੇ ਭਾਰ ਨੀ ਹੁੰਦਾ। ਉਹ ਤਾਂ ਹੈ, ਪਰ ਅਜਿਹੀ ਕਿਹੜੀ ਗੱਲ ਹੋ ਗਈ? ਨਾਮੋ ਆਈ ਸੀ, ਉਹ ਜਿਹੜੇ ਮੁੰਡੇ ਦੀ ਗੱਲ ਕਰ ਰਹੀ ਸੀ ਉਹਨੂੰ ਲੈ ਕੇ ਆਈ। ਬਈ ਮੇਰਾ ਨਾਂ ਜ਼ਰੂਰ ਲੱਖਾ, ਪਰ ਮੈਂ ਲੱਖ ਸਾਲੀ ਜ਼ਿੰਦਗੀ 'ਚ ਕਦੇ ਇਕੱਠਾ ਨਹੀਂ ਦੇਖਿਆ। ਹੁਣ ਤੇਰਾ ਪਤੀ ਬਣ ਕੇ ਜ਼ਰੂਰ ਲੱਖਪਤੀ ਹੋ ਗਿਆ। ਆਇਆ ਪੁੱਤ ਬੈਠ, ਮੈਂ ਤੇਰੇ ਲਈ ਲੱਸੀ ਤੇ ਚਿੱਠੀ ਲੈ ਕੇ ਆਉਂਦੀ ਹਾਂ। ਜਲਦੀ ਕਰੋ ਮਾਤਾ ਜੀ, ਮੇਰੇ ਕੋਲ ਟਾਈਮ ਬੜਾ ਥੋੜਾ ਹੈ। ਕਿੱਥੇ ਫਸ ਗਈ ਯਾਰ? ਦੱਸੋ ਕੀ ਲਿਖਣਾ? ਬਸ ਆਹੀ ਲਿਖ ਦੇ, ਰਾਜੀ ਖੁਸ਼ੀ। ਅਸੀਂ ਆਪਣੀ ਜਗ੍ਹਾ ਤੇ ਰਾਜੀ ਖੁਸ਼ੀ ਹਾਂ, ਤੁਹਾਡੀ ਰਾਜੀ ਖੁਸ਼ੀ ਪਰਮਾਤਮਾ ਤੋਂ ਸਦਾ ਚਾਹੁੰਦੇ ਹਾਂ। ਬਸ ਆਹੀ ਕੁਛ ਲਿਖਣਾ ਹੈ? ਬਸ ਲਿਖ ਦੇ ਵੀ ਕਈ ਦਿਨ ਹੋ ਗਏ, ਨਾ ਪ੍ਰਾਹੁਣੇ ਨੇ ਗੇੜਾ ਮਾਰਿਆ, ਨਾ ਕੋਈ ਖਬਰ ਸਾਰੀ ਆਈ ਹੈ। ਇੱਥੇ ਅਸੀਂ ਬੜੇ ਫਿਕਰ ਕਰਦੇ ਹਾਂ। ਚਲੋ ਠੀਕ ਹੈ। ਤੂੰ ਫੇਰ ਕੰਮ ਲੱਗ ਗਈ, ਉੱਠ ਉੱਠ, ਚੱਲ ਆਰਾਮ ਕਰ। ਚੱਲ ਤੈਨੂੰ ਮੈਂ 20 ਵਾਰੀ ਕਿਹਾ ਵਿਆਹ ਦਿਨਾਂ ਚ ਕੰਮ ਨੀ ਕਰਦੇ ਹੁੰਦੇ। ਓਹੋ, ਹੁਣ ਮੈਂ ਹੁਣੀ ਮੰਜੇ ਤੇ ਪੈ ਜਾ, ਤੇ ਘਰ ਦਾ ਕੰਮ ਕੌਣ ਕਰੂਗਾ? ਘਰ ਦਾ ਕੰਮ ਮੈਂ ਆਪੀ ਕਰ ਲਿਆ ਕਰੂੰਗਾ, ਤੂੰ ਚੁੱਪ ਕਰਕੇ ਆਰਾਮ ਕਰਿਆ ਕਰ। ਤੁਹਾਨੂੰ ਬੜਾ ਤਜਰਬਾ ਹੈ। ਲੈ ਮੈਨੂੰ ਤਜਰਬਾ ਨਹੀਂ, ਮੈਂ ਗਿਆਨੋ ਤਾਈ ਤੋਂ ਸਾਰਾ ਕੁਝ ਪੁੱਛ ਕੇ ਆਇਆ, ਉਹ ਕਹਿੰਦੀ ਸੀ ਆਹ ਦਿਨਾਂ 'ਚ ਪੂਰਾ ਆਰਾਮ ਕਰੀਦਾ ਹੁੰਦਾ। ਤੇ ਗਿਆਨੋ ਤਾਈ ਨੂੰ ਲਿਆਓ ਘਰੇ ਕੰਮ ਕਰਨ ਨੂੰ। ਉਹਦੀ ਕੀ ਲੋੜ ਆ, ਮੈਂ ਹੈਗਾ, ਮੈਂ ਸਵੇਰੇ ਸਾਰਾ ਕੰਮ ਕਰਕੇ ਜਾਇਆ ਕਰੂੰਗਾ, ਆਥਣੇ ਆ ਕੇ ਧਰਾਂ ਧੁਰਾਂ ਕੱਢ ਲਿਆ ਕਰੂੰ, ਤੂੰ ਬਸ ਪਈ ਰਿਹਾ ਕਰ। ਆਪਣੀ ਚਿੱਠੀ ਕੌਣ ਸੱਟ ਗਿਆ? ਆਪਣੀ ਚਿੱਠੀ ਆਈ ਆ ਕਿਸੇ ਦੀ? ਸਾਡੇ ਤਾਂ ਖਾਨਦਾਨ 'ਚ ਕੋਈ ਪੜ੍ਹਿਆ ਲਿਖਿਆ ਨਹੀਂ, ਖਬਰਾਂ ਤੇਰੇ ਕਿੰਨੀ ਆਈ ਹੋਵੇ, ਮੈਂ ਦੇਖ ਪੜ੍ਹ ਕੇ। ਮੈਨੂੰ ਤਾਂ ਨਹੀਂ ਪੜ੍ਹਨਾ ਲਿਖਣਾ ਆਉਂਦਾ। ਤੈਨੂੰ ਵੀ ਨਹੀਂ ਪੜ੍ਹਨਾ ਲਿਖਣਾ ਆਉਂਦਾ? ਪੜ੍ਹਿਆ ਲਿਖਿਆ ਮੈਂ ਵੀ ਨਹੀਂ। ਓਹੋ, ਆਪਣਾ ਤਾਂ ਉਹ ਕੰਮ ਆ ਵੀ ਦੋਹੀ ਅਨਪੜ੍ਹ ਆ। ਮੈਂ ਤਾਂ ਉਹਦੇ ਬਾਪੂ ਨੂੰ ਸਿੱਧਾ ਹੀ ਕਹਿੰਦਾ ਸੀ ਵੀ ਮੈਂ ਤਾਂ ਪੜ੍ਹਦਾ ਪੁੜਦਾ ਨਹੀਂ, ਮੈਂ ਤਾਂ ਡੰਗਰ ਚਾਰਿਆ ਕਰੂੰਗਾ, ਪਰ ਤੂੰ ਤਾਂ ਪੜ੍ਹ ਲੈਂਦੀ। ਮੈਂ ਤਾਂ ਕਿਹਾ ਸੀ ਆਪਣੇ ਘਰਦਿਆਂ ਨੂੰ, ਉਹਨਾਂ ਨੇ ਕਦੀ ਮੈਨੂੰ ਪੜ੍ਹਨ ਹੀ ਨਹੀਂ ਲਾਇਆ। ਅੱਛਾ, ਫਿਰ ਹੁਣ ਕੀ ਤੂੰ ਪੜ੍ਹਾ ਕੇ ਲਿਆਵਾਂ? ਮੈਂ ਡਾਕੀ ਨੂੰ ਦੇਖਦਾ, ਉਹਨੂੰ ਦੇਖਦਾ ਜੇ ਇੱਥੇ ਆ ਗਿਆ ਮੈਨੂੰ ਉਹਤੋਂ ਚਿੱਠੀ ਪੜ੍ਹਾਉਣੀ ਆ। ਕੀ ਕਿਹਾ, ਤੂੰ ਪੜ੍ਹੇਂਗੀ? ਪੜ੍ਹ ਕੇ ਕਿਹੜਾ ਤੂੰ ਮਾਟਰ ਨਹੀਂ ਲੱਗ ਜਾਣਾ, ਨਾਲੇ ਜੇ ਤੇਰੇ ਬਾਪੂ ਨੂੰ ਪਤਾ ਚੱਲ ਗਿਆ ਉਹ ਤੇਰੀ ਜਾਨ ਕੱਢ ਦੂਗਾ। ਘਰ ਦੇ ਕੰਮ ਕਾਰ ਕਰ ਲਿਆ ਕਰ, ਡੰਗਰਾਂ ਨੂੰ ਸੰਨੀ ਲਾਉਣੀ ਸਿੱਖ ਲੈ, ਚੁੱਲਾ ਚੌਂਕਾ ਲਿਪਣਾ ਸਿੱਖ ਲੈ, ਪੋਚਾ ਦੇਣਾ ਸਿੱਖ ਲੈ, ਪਾਂਡੂ ਦਾ ਪੋਚਾ ਦੇਈਦਾ ਚੁੱਲੇ ਤੇ। ਤੇਰੀ ਸੱਸ ਨੇ ਕਹਿਣਾ ਕਿ ਮਾਂ ਬਾਪ ਨੇ ਸਿਖਾਇਆ ਕਿ ਨਹੀਂ ਸਿਖਾਇਆ। ਚਿੱਠੀ ਦਾ ਨਵੇਂ ਜੱਪ ਛਿੜ ਗਿਆ, ਕੀ ਤੂੰ ਪੜਾਵਾ ਹੁਣ, ਡਾਕਿਆ ਸਿੱਟ ਕੇ ਵਗ ਗਿਆ, ਤੂੰ ਪੜ੍ਹਿਆ ਲਿਖਿਆ ਬੰਦਾ ਵੀ ਨਹੀਂ ਹੈਗਾ। ਆਪਾਂ ਇੰਜ ਗੱਲ ਸੁਣਿਓ। ਹਾਂ ਦੱਸ। ਆ ਮੇਰੀ ਚਿੱਠੀ ਪੜਿਓ, ਪਤਾ ਨੀ ਕਿਹਨੇ ਪਾਤੀ ਚਿੱਠੀ ਇਹ।
ਲੱਖਾ ਸਹਿ ਕਿਸੇ ਜੀਤ ਕੌਰ ਦੀ ਚਿੱਠੀ ਆ? ਜੀਤ ਕੌਰ ਉਹ ਤਾਂ ਮੇਰੀ ਸੱਸ ਆ, ਮੈਨੂੰ ਕੋਈ ਚਿੱਠੀ ਲਿਖਤੀ? ਹੁਣ ਮੈਨੂੰ ਕੀ ਪਤਾ, ਫਿਰ ਤਾਂ ਪੜ੍ਹ ਕੇ ਪਤਾ ਲੱਗੂ। ਚਲੋ ਫਿਰ ਪੜ੍ਹ ਕੇ ਸੁਣਾਓ। ਅਸੀਂ ਇੱਥੇ ਰਾਜੀ ਖੁਸ਼ੀ ਹਾਂ, ਆਪ ਸਭ ਦੀ ਰਾਜੀ ਖੁਸ਼ੀ ਲਈ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ। ਅੱਛਾ, ਅੱਗੇ ਸਮਾਚਾਰ ਹੈ ਕਿ ਕਈ ਦਿਨਾਂ ਤੋਂ ਤੇਰੀ ਕੋਈ ਸੁੱਖ ਸਾਂਦ ਨਹੀਂ ਮਿਲੀ। ਹਾਂ, ਬਾਪੂ ਤੇਰਾ ਬੜਾ ਫਿਕਰ ਕਰਦਾ ਹੈ। ਹਾਂ ਕਰਨਾ ਹੀ ਸੀ, ਪ੍ਰਾਹੁਣੇ ਨੇ ਵੀ ਕਹਿੰਦੇ ਗੇੜਾ ਨਹੀਂ ਮਾਰਿਆ। ਅੱਛਾ ਅੱਛਾ, ਹਾਂ ਉਸ ਕੋਲ ਸਮਾਂ ਨਹੀਂ, ਮੈਂ ਤੇਰੇ ਬਾਪੂ ਕੋਲ ਪੰਜੀਰੀ ਬਣਾ ਕੇ ਭੇਜਦੀ ਹਾਂ। ਚਾਚੇ ਤੇਰੇ ਦੀ ਮੱਝ ਸੂਈ ਆ, ਬਾਕੀ ਸਭ ਠੀਕ ਠਾਕ ਆ। ਠੀਕ ਠਾਕ ਆ? ਹਾਂ। ਚਲ ਮੈਂ ਜਾ ਕੇ ਪੂਨਮ ਨੂੰ ਦੱਸਦਾ ਸਾਰਾ ਕੁਛ। ਨਾ ਪੂਨਮ ਗੱਲ ਤਾਂ ਸੁਣ, ਤੁਸੀਂ ਚਿੱਠੀਆਂ ਪੜ੍ਹਾਉਣ ਵੇਲੇ ਤਾਂ ਕਰਦੇ ਹੋ ਲੋਕਾਂ ਦੀਆਂ ਮਿਹਨਤਾਂ, ਤੂੰ ਖੁਦ ਕਿਉਂ ਨਹੀਂ ਪੜ੍ਹਨੀ ਆਉਂਦਾ ਉੱਥੇ ਸਕੂਲ 'ਚ? ਤੈਨੂੰ ਮੈਂ ਪਹਿਲਾਂ ਵੀ ਕਈ ਸੁਨੇਹੇ ਭੇਜੇ। ਹਾਂਜੀ, ਮੈਂ ਸੋਚਿਆ ਤਾਂ ਕਈ ਵਾਰੀ ਆ ਵੀ ਤੁਹਾਡੇ ਕੋਲ ਪੜ੍ਹਨਾ ਵਾ। ਸੋਚਣਾ ਛੱਡ, ਹੁਣ ਕੰਮ ਕਾਰ 'ਚ ਵਿਹਲ ਹੀ ਨਹੀਂ ਲੱਗਦਾ ਹੈਗਾ। ਨਾ ਤੂੰ ਖੁਦ ਤਾਂ ਅਨਪੜ੍ਹ ਸੀ, ਮੈਂ ਵੋਟੇ ਵੀ ਅਨਪੜ੍ਹੇ ਲਿਆਉਂਦੀ। ਸਕੂਲ ਆਇਆ ਕਰ ਉੱਧਰ, ਚੱਲ ਦੇਖੂੰਗਾ ਫਿਰ ਮੈਂ। ਹੁਣ ਮੈਂ ਜਾ ਕੇ ਉਹਨੂੰ ਦੱਸਦਾ ਸਾਰਾ ਕੁਛ। ਚੰਗਾ ਠੀਕ। ਮੇਰੀ ਸੱਸ ਦੀ ਚਿੱਠੀ ਆਈ ਆ, ਜਾਣੀ ਕਿ ਤੇਰੀ ਮਾਂ ਦੀ। ਮਾਂ ਦੀ ਚਿੱਠੀ ਆਈ ਹੈ? ਹਾਂ, ਉਹਨੇ ਚਾਹੀਦੀ ਤਰਲੇ ਕਰ ਕਰ ਲਿਖਾਈ ਹੋਣੀ। ਅੱਛਾ, ਲਿਖਿਆ ਕੀ ਹੈ? ਹਾਂ ਮੈਂ ਤੈਨੂੰ ਪੜ੍ਹ ਕੇ ਸੁਣਾਉਣਾ। ਲਿਖਤਮ ਜੀਤ ਕੌਰ, ਅਸੀਂ ਇੱਥੇ ਰਾਜੀ ਖੁਸ਼ੀ ਹਾਂ ਤੇ ਤੁਹਾਡੀ ਰਾਜੀ ਖੁਸ਼ੀ ਪਰਮਾਤਮਾ ਤੋਂ ਸੁਭ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਪ੍ਰਾਹੁਣੇ ਨੇ ਕਦੇ ਗੇੜਾ ਹੀ ਨਹੀਂ ਮਾਰਿਆ। ਲੈ ਪੜ੍ਹਦੇ ਤਾਂ ਐ ਪਿਆ ਜਿਵੇਂ ਸੱਚੀ ਮੁੱਚੀ ਪੜ੍ਹਨਾ ਆਉਂਦਾ ਹੋਵੇ। ਉਹ ਤੂੰ ਗਾਹਾਂ ਤਾਂ ਸੁਣ, ਨਾਸਾਂ ਕੁੱਟਾਂ ਦੀ ਮੱਝ ਸੂਈ ਹੈ ਤੇ ਉਸ ਨੇ ਕੱਟਾ ਦਿੱਤਾ ਹੈ। ਕੀ ਹੋ ਗਿਆ? ਕੀ ਹੋ ਗਿਆ? ਜਨੇ ਪਹਿਲੇ 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 ਸਜਾਓ ਗਿਆਨ ਦਾ, ਉਹਨੂੰ ਬਲੈਕ ਲੈ ਕੇ ਆਓ। ਜਾਓ, ਮੈਂ ਦਾਈ ਨੂੰ ਬੁਲਾ ਕੇ ਲਿਆਉਣਾ, ਤੂੰ ਆਰਾਮ ਨਾਲ ਪੈ ਇੱਥੇ, ਮੈਂ ਹੁਣੇ ਆ ਬਸ। ਨਾਨਾ ਬਣ ਗਿਆ, ਓ ਨਾਨਾ ਬਣ ਗਿਆ, ਓ ਨਾਨਾ ਬਣ ਗਿਆ, ਨਾਨਾ ਬਣ ਗਿਆ, ਨਾਨਾ ਬਣ ਗਿਆ। ਓਹੋ, ਕਿਉਂ ਨਿਆਣੇ ਵਾਂਗੂ ਨੱਚੀ ਜਾਂਦੇ ਹੋ? ਕਿਉਂ ਬੋਲੇ ਹੋਏ ਪਏ ਹੋ? ਕਿਉਂ ਨਿਆਣੇ ਨੱਚਦੇ? ਉਹ ਬੁੱਢੇ ਨਹੀਂ ਨੱਚ ਸਕਦੇ, ਉਹ ਨਿਆਣਾ ਨਾ ਸੀ, ਨਿਆਣੇ ਦੇ ਨਾਨਾ ਤਾਂ ਬਣ ਗਏ ਆ। ਨਾਨਾ ਬਣ ਗਏ ਆ, ਨਾਨਾ ਬਣ ਗਏ ਆ, ਨਾਨਾ ਬਣ ਗਏ ਆ। ਓਹੋ, ਐਂ ਕਿਉਂ ਖੁਸ਼ ਹੋਈ ਜਾਂਦੇ ਹੋ? ਨਾਨੀ ਤਾਂ ਮੈਂ ਵੀ ਬਣੀ ਆ, ਪਰ ਮੈਂ ਤੁਹਾਡੇ ਵਾਂਗੂ ਬਾਲੀ ਤਾਂ ਨਹੀਂ ਹੋਈ ਫਿਰਦੀ। ਉਹ ਜੇ ਤੂੰ ਨਾਨੀ ਬਣੀ ਆ ਤਾਂ ਨੱਚ ਲੈ ਤੂੰ ਵੀ। ਨਾਨਾ ਬਣ ਗਏ ਆ, ਨਾਨੀ ਬਣ ਗਈ, ਨਾਨੀ ਬਣ ਗਈ। ਚੰਗਾ, ਫਿਰ ਦੋਤੇ ਲਈ ਕੁਝ ਲੈ ਕੇ ਨਹੀਂ ਜਾਣਾ? ਲੈ ਕੇ ਜਾਣ ਦੀ ਗੱਲ ਕਰਦੀ ਆ? ਉਹ ਐਤਕੀ ਮਾਮਦੇ ਦੋਤੇ ਦੀ ਲੋਹੜੀ ਧੂਮ ਧਾਮ ਨਾਲ ਮਨਾਉ, ਸਾਰਾ ਪਿੰਡ ਦੇਖੂ। ਨਾਨਾ ਬਣ ਗਏ ਆ, ਨਾਨਾ ਬਣ ਗਏ ਆ, ਨਾਨਾ ਬਣ ਗਏ ਆ। ਰੱਬ ਦਾ ਤੁਸੀਂ ਵੀ ਦਿਲ ਕੱਢਿਆ। ਲੈ ਤੂੰ ਮੈਨੂੰ ਕੰਜੂਸ ਸਮਝਦੀ ਆ? ਲੈ ਸਾਰੇ ਪਿੰਡ ਨੂੰ ਕਹਿੰਦੇ ਜਾ ਕੇ ਗੁਲਜ਼ਾਰੀ ਨਾਨਾ ਬਣ ਗਿਆ, ਨਾਨਾ ਬਣ ਗਿਆ, ਨਾਨਾ ਬਣ ਗਿਆ, ਨਾਨਾ ਬਣ ਗਿਆ। ਰਹਿਣ ਦੋ, ਰਹਿਣ ਦੋ, ਪੈਸੇ ਕੱਢੋ, ਮੈਂ ਜਾ ਕੇ ਬੀਹ ਚ ਲੱਡੂ ਵੰਡ ਕੇ ਆਵਾ। ਲੈ ਪੈਸੇ ਦੀ ਕਿਹੜੀ ਗੱਲ ਆ, ਇਹ ਆ ਫੜ 10 ਰੁਪਈਏ ਬਸ। ਆ ਲੈ 5 ਰੁਪਈਏ ਹੋਰ, ਨਾਨਾ ਬਣ ਗਿਆ, ਨਾਨਾ। ਸ਼ੁਕਰ ਆ ਰੱਬਾ, ਆ ਦਿਨ ਵੀ ਦਿਖਾਈਦਾ। ਨਾਨਾ ਬਣ ਗਿਆ, ਹੋ ਮੈਂ ਨਾਨਾ ਬਣ ਗਿਆ, ਨਾਨਾ ਬਣ ਗਿਆ, ਹੋ ਮੈਂ ਨਾਨਾ ਬਣ ਗਿਆ, ਹੋ ਨਾਨਾ ਬਣ ਗਿਆ, ਹੋ ਨਾਨਾ ਬਣ ਗਿਆ, ਹੋ ਨਾਨਾ ਬਣ ਗਿਆ, ਹੋ ਮੈਂ ਨਾਨਾ ਬਣ ਗਿਆ, ਹੋ ਮੈਂ ਨਾਨਾ ਬਣ ਗਿਆ, ਹੋ ਮੈਂ ਨਾਨਾ ਬਣ ਗਿਆ, ਹੋ ਨਾਨਾ ਬਣ ਗਿਆ। ਬੇਬੇ ਜੀ ਸਤਿ ਸ਼੍ਰੀ ਅਕਾਲ, ਆ ਲਓ ਲੱਡੂ ਖਾਓ। ਭੈਣ ਜੀ ਆਲੋ ਬੂ ਮਿੱਠਾ ਕਰੋ, ਆਪਣੀ ਪੂਨਮ ਦੇ ਮੁੰਡਾ ਹੋਇਆ। ਬਸ ਜੀ ਬਸ, ਅਜੇ ਮੈਂ ਸਾਰੇ ਪਿੰਡ ਚ ਲੱਡੂ ਵੰਡਣੇ ਨੇ। ਦੇ ਪੁੱਤੇ ਆਲਾ ਫੜ, ਤੂੰ ਵੀ ਮੂੰਹ ਮਿੱਠਾ ਕਰ। ਕਾਹਦੀ ਖੁਸ਼ੀ ਵੰਡ ਰਹੇ ਹੋ ਜੀ? ਆਪਣੀ ਪੂਨਮ ਦੇ ਮੁੰਡਾ ਹੋਇਆ। ਵਧਾਈਆਂ, ਤੁਸੀਂ ਨਾਨੀ ਬਣ ਗਏ, ਹੁਣ ਮੈਨੂੰ ਤਾਂ ਦੋ ਵੱਧ ਦਿਓ, ਮੈਂ ਤੁਹਾਡੇ ਚਿੱਠੀਆਂ ਲਿਖਦਾ ਰਿਹਾ। ਤੂੰ ਨਾਰਾਜ਼ ਕਿਉਂ ਨਾ, ਦੋ ਵੱਧ ਲੈ ਲਓ। ਨਾ ਨਾ, ਹਜੇ ਸਾਰੇ ਪਿੰਡ ਚ ਵੰਡਣੇ ਨੇ। ਸੇਠਾ ਕਰਈ ਆ। ਓਏ ਆ ਵੀ ਲਿਖਿਆ, ਕਿਵੇਂ ਆ? ਠੀਕ ਆ। ਸਤਿ ਸ਼੍ਰੀ ਅਕਾਲ। ਓ ਸਤਿ ਸ਼੍ਰੀ ਅਕਾਲ, ਕੀ ਹਾਲ ਆ ਤੇਰਾ? ਬਸ ਠੀਕ ਆ। ਬਹਿ ਜਾ, ਮੈਂ ਤਾਂ ਤੇਰੇ ਕੋਲ ਆਇਆ ਸੀ। ਹਾਂ ਦੱਸ। ਉਹ ਤੈਨੂੰ ਪਤਾ ਹੀ ਆ, ਕਾਕਾ ਹੋਇਆ ਸੀ ਨਾ ਆਪਣੇ। ਆਹੋ, ਉਹਦੀ ਲੋਹੜੀ ਆ ਕੱਲ ਨੂੰ। ਓ ਹਾਂ ਭਾਈ, ਵਧਾਈਆਂ ਫਿਰ ਤਾਂ। ਹੋਰ, ਮੈਂ ਤਾਂ ਐ ਆਇਆ ਸੀ ਵੀ ਲੋਹੜੀ ਤੇ ਸਿੱਧਾ ਪੱਤਾ ਵੀ ਖਰੀਦਣਾ ਹੋਊ ਤੇ 500 ਰੁਪਈਆ ਲੈਣਾ ਸੀ। ਰੁਪਈਏ ਲੈ ਜਾ ਜਿੰਨੇ ਮਰਜ਼ੀ, ਤੈਨੂੰ ਨਾ ਆਇਆ ਕਿਤੇ। ਨਾ ਉਹ ਤਾਂ ਪਤਾ ਹੀ ਆ, ਪਹਿਲਾਂ ਵੀ ਤਾਂ ਤੈਤੋਂ ਹੀ ਲੈ ਕੇ ਜਾਂਦੇ ਆ। ਤੂੰ ਐਂ ਕਰ। ਅੱਛਾ, ਹੁਣ ਤੂੰ 500 ਦਾ ਇੰਤਜ਼ਾਮ ਕਰ।
ਇੰਤਜ਼ਾਮ ਨੂੰ ਕੀ ਅੰਦਰ ਗਿਆ ਤੇ ਆ ਗਿਆ। ਹਾਂ ਲਿਆ ਕੇ ਨਾ ਤਜੋਰੀ ਚੋਂ ਕੱਢ। ਘਬਰਾ ਨਾ ਤੂੰ, ਬਸ ਹੁਣ ਇੱਕ ਮਿੰਟ ਚ ਆਇਆ। ਲੈ ਬਈ ਤੇਰਾ ਇੰਤਜ਼ਾਮ ਤਾਂ ਕਰੀ ਦੇਈਏ। ਇਹਦਾ ਕਰਨਾ ਹੀ ਪੈਣਾ। ਲੈ ਬਾਈ ਕਹਿਣ ਲਾ ਪੂਰੇ ਹੀ ਹੋਣਗੇ। ਨਹੀਂ ਹੈ ਤਾਂ ਪੂਰੇ ਪਰ ਤਸੱਲੀ ਕਰ ਲੈਣੀ ਹੈ ਯਾਰ। ਇੱਕ ਰੁਪਏ ਹੋ ਗਿਆ। ਉਹ ਕਿਹੜਾ ਗੁੱਠਾ ਲੈ ਜਾਣਾ? ਉਹੀ ਹੁੰਦਾ ਉਹ ਤੀਵੀਂ ਵਾਲਾ। ਤੂੰ ਬਸ ਉਹੀ ਰਹਿਣਾ ਝੱਡੂ ਦਾ ਝੱਡੂ। ਆ ਲੈ ਫੜ, ਖੱਬਾ ਲਾਉਂਦੇ ਹੁੰਦੇ ਆ। ਅੱਛਾ ਇੱਥੇ ਜਾ ਤੇ ਬਾਕੀ ਮੈਂ ਲਿਖਣਾ ਕੁਝ। ਠੀਕ ਹੈ ਚਲ ਠੀਕ ਹੈ। ਬਈ ਹੁਣ ਤੂੰ ਜਾ ਪੀ। ਨਾ ਨਾ ਉਹ ਪੀ ਜਾ ਚਾ। ਉਹ ਸੌਦਾ ਪੱਤਾ ਖਰੀਦਣਾ ਕੱਲ ਨੂੰ ਲੋੜੀ ਆ। ਤੂੰ ਆਈ ਨਾਲੇ ਲਾਜ਼ਮੀ ਬਾਈ ਜ਼ਰੂਰ ਆ। ਜ਼ਰੂਰ ਆਵਾਂਗੇ ਬਾਈ। ਆ ਜੀ ਤੇਰੀ ਪੂਰੀ ਸੇਵਾ ਕਰਾਂਗੇ। ਉਹ ਜਿਉਂਦਾ ਰਹਿ। ਹਾਂ ਚੰਗਾ। ਇਸ ਰਾਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪੈ। ਇਸ ਰਾਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪੈ। ਇਸ ਰਾਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪੈ। ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਿਆ ਹੋ ਚੁੱਲ੍ਹਾ ਪੱਟੀ ਵਾਲਾ ਹੋ ਦੇਦੀ ਧੀ ਵੀ ਆਈ ਹੋ ਛੇ ਸੱਕਰ ਆਈ ਹੋ ਕੁੜੀ ਦੇ ਮੁੰਡੇ ਭਾਈ ਹੋ ਕੁੜੀ ਦਾ ਨਾਂ ਚੁੜਕਾ ਹੋ ਕੁੜੀ ਦਾ ਸਾਨੂੰ ਪਟਾ ਹੋ ਸਾਨੂੰ ਕੌਣ ਸਮੇਟੇ ਹੋ ਚਾਚਾ ਗਾਲੀ ਦੇਸੇ ਹੋ ਚਾਚਾ ਦੀ ਚੂਰੀ ਕੁੱਟੀ ਹੋ ਜ਼ਿਮੀਦਾਰਾਂ ਲੁੱਟੀ ਹੋ ਜ਼ਿਮੀਦਾਰ ਸੁਣਾਓ ਹੋ ਜਿੰਗੜ ਪਾਉਂਦੇ ਲਾਓ ਹੋ ਇਸ ਤੋਂ ਪਹਿਲਾਂ ਦਿੰਦੇ ਚਾਹ ਖੰਡ ਦੀ ਉਹ ਪੈਲ ਤਾਂ ਦਿੰਦੇ ਚਾਹ ਖੰਡ ਦੀ ਫੇਰ ਦਿੰਦੇ ਗੁੜ ਪਾ ਕੇ ਰੰਗ ਤੇਰਾ ਬਦਲ ਗਿਆ ਦੋ ਦਿਨ ਸੌਰੀ ਜਾ ਕੇ ਰੰਗ ਤੇਰਾ ਬਦਲ ਗਿਆ ਦੋ ਦਿਨ ਸੌਰੀ ਜਾ ਕੇ ਰੰਗ ਤੇਰਾ ਬਦਲ ਗਿਆ ਦੋ ਦਿਨ ਸੌਰੀ ਜਾ ਕੇ ਰੰਗ ਤੇਰਾ ਬਦਲ ਗਿਆ ਦੋ ਦਿਨ ਸੌਰੀ ਜਾ ਕੇ ਰੰਗ ਤੇਰਾ ਬਦਲ ਗਿਆ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਮਾੜੀ ਬਈ ਮਾੜੀ ਜਾਂਦਾ ਕੁੜੀਆਂ ਸੁਣੀਦੀਆਂ ਮਾੜੀ ਜਾਂਦਾ ਕੁੜੀਆਂ ਸੁਣੀਦੀਆਂ ਇੱਕ ਪਤਲੀ ਇੱਕ ਪਾਰੀ ਬਈ ਮਾੜੀ ਉੱਤੇ ਕਲਾ ਡੋਰੀਆ ਮਾੜੀ ਉੱਤੇ ਕਲਾ ਡੋਰੀਆ ਤਕੜੀ ਤੇ ਫੁਲਕਾਰੀ ਹੇਠ ਬਰੋਟੇ ਦੇ ਦਾਤਣ ਕਰੇ ਗਵਾਰੀ ਹੇਠ ਬਰੋਟੇ ਦੇ ਦਾਤਣ ਕਰੇ ਗਵਾਰੀ ਹੇਠ ਬਰੋਟੇ ਦੇ ਦਾਤਣ ਕਰੇ ਕੁਮਾਰੀ 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 ਹੇਠ ਬਰੋਟੇ ਦੇ ਉਹ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਮੋਗਾ ਬਈ ਮੋਗੇ ਦੇ ਵਿੱਚ ਸਾਹਸੀ ਲੈਂਦਾ ਉਹ ਬੱਲੇ ਉਹ ਮੋਗੇ ਦੇ ਵਿੱਚ ਸਾਹਸੀ ਰਹਿੰਦਾ ਘਰ ਘਰ ਉਹਦੀ ਸੋਭਾ ਬਈ ਉਹਦੇ ਪਾਸੇ ਢਾ ਸੁਣੀਦੀ ਪਰਲੇ ਪਾਸੇ ਸੋਭਾ ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ ਮਗਰ ਮਾਰਦਾ ਗੋਡਾ ਲੱਕ ਪਤਲਾ ਗਿਆ ਭਾਰ ਸਹਿ ਨਾ ਜੋਗਾ ਲੱਕ ਪਤਲਾ ਗਿਆ
ਭਾਰ ਸਹਿਣਾ ਜੋਗਾ ਲੱਕੜ ਪਤਲਾ ਜਿਆ 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 ਭਾਰ ਸਹਿਣਾ ਜੋਗਾ ਲੱਕੜ ਓਏ ਸਾਡਾ ਗੁਰੂ ਸਾਡੀ ਛਾਈਆਂ ਮਾਈਆਂ ਰੋਸ਼ਨ ਹੋਏ ਰੋਸ਼ਨ ਸਾਡਾ ਛੈਣਾ ਕੰਧ ਸੁਖਾਣਾ ਸਹਿਰ ਨੂੰ ਜਾਵਾਂਗੇ ਲੋੜੀ ਲੈ ਕੇ ਆਵਾਂਗੇ ਰੋਸ਼ਨ ਖਵਾਵਾਂਗੇ ਤੁਸੀਂ ਕੰਮ ਤੇ ਨਹੀਂ ਜਾਣਾ ਅੱਜ ਕੰਮ ਤੇ ਜਾਣ ਨੂੰ ਜੀਜੇ ਹੀ ਨਹੀਂ ਕਰਦਾ ਐਂ ਜੀ ਕਰਦਾ ਵੀ ਰੋਸ਼ਨ ਨਾਲ ਹੀ ਖੇਡੀ ਜਾਵਾਂ ਨਹੀਂ ਨਹੀਂ ਤੁਸੀਂ ਕੰਮ ਤੇ ਜਾਓ ਫਿਰ ਜ਼ਿਮੀਦਾਰ ਉੱਚਾ ਨੀਵਾਂ ਬੋਲਦਾ ਫੇਰ ਨਹੀਂ ਠੀਕ ਲੱਗਦਾ ਜੀ ਤਾਂ ਨਹੀਂ ਕਰਦਾ ਚੱਲ ਤੂੰ ਐ ਕਰ ਇਹਨੂੰ ਫੜ ਲਿਆ ਤੁਸੀਂ ਫੜਾਓ ਤੇ ਤੁਸੀਂ ਜਾਓ ਜਰਾ ਕੰਮ ਮਾਰ ਕੇ ਫੜੀ ਹੈ ਹਾਂ ਆ ਆਈ ਉੱਚੀ ਜੀ ਚਲੋ ਮਨ ਸਾਰੀ ਤਾਂ ਮਾਰੇ ਇੱਕ ਆ ਚੱਲੀ ਕੰਮ ਦੇ ਨਾਲ ਹੀ ਚੱਲ ਗੋਲੀ ਗੋਲੀ ਲਿਆ ਦੇ ਕੋਈ ਅੱਛਾ ਜਾਣੀ ਆ ਮੈਂ ਤੁਸੀਂ ਬਹੁ ਹੈ ਮੈਂ ਗੋਲੀ ਲੈ ਕੇ ਆਉਂਦੀ ਆ ਮੈਂ ਪਾਣੀ ਲੈ ਕੇ ਆਈ
पापा, जात भीत खराब होगी। हाय रब्बा, तुझ तो उल्टियां करने लग गए हो। मैं हूं ही डॉक्टर ने बुला के लेके आनी है। म्याद पुगी हुई है, इहदी वजह इन्हां दी इन्नी हालत खराब हो गई। इस तरह करो, अगर इन्हां दी जिंदगी विच वाधा चाहुंदे हो तां इहनूं शहर लै जाओ फटाफट। तुसीं डॉक्टर साहब कुछ करो ना। मैं कुछ नहीं कर सकता, मेरी पहुंच तो बाहर हो गया है। जगने ने जान बचानी है तो इन्होंने शहर ले जाओ प्लीज। शहर तक खर्चा बहुत होएगा डॉक्टर साहब। अगर खर्चा देखोगे तो बंदे दी जान चली जानी है। ऐसे पानी को ले के आऊंगी। लाला, लाला कौन है भाई? लाला मैं। अच्छा अच्छा, तू है भाई लखे दे घरों? हाँ लाला। एडी केडी गल आफता किसी भाई भी, तू इतों धुप चाई है तो लखा आप नहीं चाहता, बड़ा बेवकूफ आदमी है। ਉਹ ਪੈਸਿਆਂ ਦੀ ਗੱਲ ਸੀ ਤਾਂ ਆ ਜਾਂਦੇ, ਏਡੀ ਕਿਹੜੀ ਗੱਲ ਸੀਗੀ? ਨਹੀਂ ਨਹੀਂ ਲਾਲਾ, ਮੈਂ ਤਾਂ ਹੋਰ ਪੈਸੇ ਲੈਣ ਆਈ ਹਾਂ। ਕਿਉਂ ਭਾਈ, ਦੱਸ ਕੀ ਗੱਲ ਹੋਈ? ਲਾਲਾ ਉਹ ਠੀਕ ਨਹੀਂ ਲਾਲਾ। ਕੀ ਹੋ ਗਿਆ ਭਾਈ? ਲਾਲਾ ਸਿਰ ਪੀੜ ਦੀ ਦਵਾਈ ਲਿਆ ਕੇ ਦਿੱਤੀ ਸੀ ਬਾਣੀਏ ਤੋਂ, ਪੁਰਾਣੀ ਦਵਾਈ ਦਿੱਤੀ, ਕੋਈ ਐਕਸ਼ਨ ਜਿਹਾ ਹੋ ਗਿਆ। ਓਹੋ, ਮੈਨੂੰ ਥੋੜੇ ਪੈਸੇ ਦੀ ਲੋੜ ਹੈ ਲਾਲਾ, ਮੈਨੂੰ ਸ਼ਹਿਰ ਲੈ ਕੇ ਜਾਣਾ। ਨਾ ਪੈਸੇ ਤਾਂ ਤੂੰ ਲੈ ਜਾ, ਕੁਛ ਲਿਆਂਦਾ ਰੱਖਣ ਨੂੰ, ਕੋਈ ਗਹਿਣਾ ਗੱਟਾ ਕੁਛ? ਰੱਖਣ ਤਾਂ ਮੈਂ ਕੁਛ ਨਹੀਂ ਲੈ ਕੇ ਆਈ। ਫਿਰ ਪੈਸੇ ਕਿਵੇਂ ਮਿਲਣਗੇ? ਮੈਂ ਸ਼ਹਿਰੋਂ ਆਉਂਗੀ ਲਾਲਾ, ਜੋ ਕੁਛ ਮਰਜ਼ੀ ਰਖਾ ਲਈ, ਪਰ ਹੁਣ ਮੈਨੂੰ ਤਾਂ ਜਲਦੀ ਪੈਸੇ ਦੇ ਦੇ। ਉਹ ਭਾਈ, ਤੁਹਾਡੇ ਪਹਿਲੇ ਪੈਸੇ ਵੀ ਨਹੀਂ ਆਏ ਹੈ, ਭਾਈ ਵਿਆਜ ਲਾ ਕੇ ਪਹਿਲੇ ਪੈਸੇ ਵੀ ਦੁੱਗਣੇ ਹੋਏ ਪਏ ਆ, ਆ ਹੁਣ ਤੂੰ ਹੋਰ ਮੰਗਣ ਆ ਗਈ। ਮੈਂ ਜਲਦੀ 1000-1500 ਦਾ ਇੰਤਜ਼ਾਮ ਕਰ ਦੇ ਲਾਲਾ, ਮੈਂ ਸ਼ਹਿਰ ਜਾਣਾ। ਪੈਸੇ ਤਾਂ ਤੂੰ ਲੈ ਜਾ ਭਾਵੇਂ ਹੋਰ ਵੀ, ਠੀਕ ਹੈ, ਪਰ ਆਪਣਾ ਮਕਾਨ ਆਪਣੇ ਮੇਰੇ ਕੋਲ ਗਿਰਵੀ ਰੱਖ ਦੇ। ਠੀਕ ਹੈ ਲਾਲਾ, ਜਿਵੇਂ ਤੂੰ ਕਹਿੰਦਾ, ਪਰ ਤੂੰ ਮੈਨੂੰ ਪੈਸਿਆਂ ਦਾ ਇੰਤਜ਼ਾਮ ਕਰ ਦੇ ਲਾਲਾ, ਜਲਦੀ ਕਰ। ਹਾਂ, 2 ਮਿੰਟ ਹੈ, ਮੈਂ ਲੈ ਕੇ ਆਉਂਦਾ। ਪੈਸੇ ਤਾਂ ਤੂੰ ਲੈ ਜਾ। ਕਰਨਾ ਗੱਲ ਤੂੰ ਪਹਿਲਾਂ ਗੁੱਠਾ ਸੱਜਾ ਕਿੱਥੇ ਲਾਵਾਂ ਲਾਲਾ? ਇੱਥੇ ਲਾ, ਟਿਕਟ ਦੇ ਉੱਪਰ ਮੈਂ ਲਿਖੂੰਗਾ ਆਪੇ, ਔਰ ਪਹਿਲੇ ਲੈ ਜਾ ਤੂੰ ਆਪਣੇ। ਛੱਡ, ਗਿਣ ਕੇ ਦੰਨਾ। ਆਲੇ ਭਾਈ ਲਾਲਾ, ਆ ਵੀ ਦੇ ਦੇਣਾ। ਤੂੰ ਕੀ ਕਰਨੇ ਹੋਰ ਪੈਸੇ ਵਾਲੇ? ਲਾਲਾ ਦੇ, ਤੈਨੂੰ ਪਤਾ ਸ਼ਹਿਰ ਚ ਕਿੰਨੇ ਛਿੱਲ ਲਾਂਦੇ ਨੇ। ਚੰਗਾ, ਇੱਡੀ ਦਾ ਕੋਈ ਗੱਲ ਨਹੀਂ, ਤੂੰ ਪੈਸੇ ਦਾ ਭਾਵੇਂ ਹੋਰ। ਉਹ ਭਾਈ ਘਬਰਾਈ ਨਾ, ਪੈਸੇ ਹੋਰ ਚਾਹੀਦੇ, ਹੋਰ ਲੈ ਜੀ, ਖਿਆਲ ਰੱਖੀ ਮੁੰਡੇ ਦਾ। ਖਿਆਲ ਰੱਖੀ, ਮੈਂ ਵੀ ਖਿਆਲ ਰੱਖੂੰਗਾ ਤੁਹਾਡਾ ਹੁਣ। ਲੱਖਿਆ ਤੂੰ ਠੀਕ ਹੋ ਕੇ ਆ, ਭਾਵੇਂ ਨਾ ਆ, ਕੂਠਾ ਤੇਰਾ ਲੱਗ ਗਿਆ, ਮਕਾਨ ਨਹੀਂ ਹੁਣ ਜਾਣ ਦਿੰਦਾ ਮੈਂ।
बापू शहर चल गए, उठो उठो ना रोशन दे बापू, रोशन दे बापू की हो गया, रोशन दे बापू तुनु की हो गया, रोशन दे बापू लोगों में लुटी गई, लोगों में लुटी गई, मैं बर्बाद हो गई लोगों, रोशन दे बापू उठो ना, रोशन दे बापू उठो, उठो रोशन दे बापू मैं बर्बाद हो गई लोगों, उठो रोशन दे बापू, रोशन दे बापा तुनु की हो गया, रोशन दे बापा एक बार तो उठो, देखो रोशन दे बापा तुनु की हो गया बेंजी, बेंजी मैं लुटी गई, मैं बर्बाद हो गई, जब करो जिगरे ना, रोको जिगरे ना, आए मैं की करूंगी उन सारी उम्र, रोशन दे बापा उठो तो सही, एक बारी तो उठो रोशन दे बापा, मैं पूनम पत्नी लखा सिंह पिंड बहदूर कला अपना जल्दी मकान शाही शाही तुम पता लग गया अपना लखा मर गया, लखा मर गया अपना, लखा मर गया वो तो मैंने भी यकीन नहीं आता, ओहो मैं तो आप उन्होंने घर जा रहा, बहुत माड़ी गल हो, जा भाई जल्दी कर मैं भी आ रहा हूं अगले, बड़ी लगती कौन क्या अनपढ़ वीरा जाग बई हुण जागो आईया, बल्ले बई हुण जागो आईया, चावा बई हुण जागो आईया, द्योरा तेनू मैं समझावा बेली बेना मत गवावा, चुल्ला चौंका कर दी जावा नाल नाल मैं पढ़ दी जावा, बेले पाया बई हुण जागो आईया, बई हुण जागो आईया, बई हुण जागो आईया, बई हुण जागो आईया,